ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਪਿੰਡਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜ਼ਰੂਰ ਸਾਂਝਾ ਕਰਨਾ ਪਿੰਡ ਕੋਹਾਲੀ ਸਥਿਤੀ ਤਹਿਸੀਲ ਅਜਨਾਲਾ ਦਾ ਪਿੰਡ ਕੋਹਾਲੀ ਚੋਗਾਵਾ ਅੰਮ੍ਰਿਤਸਰ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 30 ਕਿਲੋਮੀਟਰ ਦੂਰ ਹੈ ਇਤਿਹਾਸਿਕ ਬਿਸ਼ੋਕੜ ਤੇ ਮਹੱਤਤਾ ਇਹ ਪਿੰਡ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਪਹਿਲਾਂ ਦਾ ਵਸਿਆ ਹੋਇਆ ਹੈ ਇਸ ਪਿੰਡ ਵਿੱਚ ਔਲਖ ਗੋਤ ਦੇ ਲੋਕਾਂ ਦੀ ਬਹੁ ਗਿਣਤੀ ਕਰਕੇ ਪਿੰਡ ਦਾ ਨਾਂ ਔਲਖਾਂ ਵਾਲੀ ਸੀ ਜੋ ਵਿਗੜਦਾ ਅਤੇ ਛੋਟਾ ਹੁੰਦਾ ਕੋਹਾਲੀ ਜਾਂ ਕੋਹਾਲਾ ਬਣ ਗਿਆ ਪਿੰਡ ਵਿੱਚ ਜਾਗੋ ਅਤੇ ਭਾਗੋ ਦੋ ਭਰਾਵਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਸ਼ਾਮਲ ਹੋ ਕੇ ਸ਼ਾਹਜਹਾਂ ਬਾਦਸ਼ਾਹ ਦੀਆਂ ਫੌਜਾਂ ਨਾਲ ਮੁਕਾਬਲਾ ਕੀਤਾ ਸੀ ਉਨ੍ਹਾਂ ਦੀ ਯਾਦ ਵਿੱਚ ਜਾਗੋ ਸ਼ਹੀਦ ਗੁਰਦੁਆਰਾ ਬਣਾਇਆ ਹੋਇਆ ਹੈ ਭਾਗੋ ਦੇ ਖਾਨਦਾਨ ਵਿੱਚੋਂ ਰਿਟਾਇਰਡ ਚੀਫ 에ਅਰ ਮਾਰਸ਼ਲ ਸਰਦਾਰ ਅਰਜਨ ਸਿੰਘ ਹਨ ਪਿੰਡ ਦੇ ਚਾਰੇ ਪਾਸੇ ਸ਼ਹੀਦਾਂ ਦੀ ਜਗ੍ਹਾ ਹੈ ਜਿਵੇਂ ਸ਼ਹੀਦ ਜਾਗੋ ਬਾਬਾ ਕਸਿਆਣਾ ਲੱਲੂਆਣਾ ਬਾਬਾ ਭਾਈ ਦਰਿਆ ਇੱਥੇ ਮਾਗੀ ਦੇ ਅਫਸਰ ਤੇ ਮੇਲਾ ਲੱਗਦਾ ਹੈ ਪਿੰਡ ਵਿੱਚ 8 ਗੁਰਦੁਆਰੇ 2 ਮੰਦਰ ਦੋ ਤੱਕ ਇਹ ਮੀਰ ਬਾਦਸ਼ਾਹ ਦੇ ਤਕੀਏ ਤੋਂ ਭਾਦਰੋਂ ਦੇ ਐਤਵਾਰ ਮੇਲਾ ਲੱਗਦਾ ਹੈ ਅਤੇ ਬਾਬਾ ਮਿਹਰਦਾਸ ਦਾ ਸਥਾਨ ਹੈ ਪਿੰਡ ਵਿੱਚ ਇੱਕ ਪੁਰਾਣਾ ਤਲਾਹ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਬਣਵਾਇਆ ਗਿਆ ਸੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਪਿੰਡਾਂ ਦੀ ਜਾਣਕਾਰੀ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਰੂਰ ਸਾਂਝਾ ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ